ਬਹੁਤ ਹੀ ਸਤਿਕਾਰਯੋਗ ਸਰੋਤੇ ਵੀਰੋ ਭੈਣੋ ਮੈਂ ਮਨਜੀਤ ਸਿੰਘ ਤਨੇਰ ਭਾਰਤੀ ਕਿਸਾਨ ਯੂਨੀਅਨ ਦਾ ਤੜਕਾਉਂਦਾ ਦਾ ਸੀਨੀਅਰ ਮੀਤ ਪ੍ਰਧਾਨ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗਿਆ ਕਿਉਂਕਿ ਕਿਸਾਨ ਸੰਯੁਕਤ ਮੋਰਚੇ ਨੇ ਪਿਛਲੇ ਦਿਨੀ ਜਿਹੜਾ ਫੈਸਲਾ ਲਿਆ ਸੀ ਵੀ ਜਿਹੜੇ ਪੰਜ ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉੱਥੇ ਭਾਜਪੀ ਨੂੰ ਹਰਾਉਣ ਵਾਸਤੇ ਸਾਂਝਕ ਮੋਰਚੇ ਵੱਲੋਂ ਪ੍ਰਚਾਰ ਕੀਤਾ ਜਾਵੇ ਤਾਂ ਸਾਡੀਆਂ ਵੱਖ-ਵੱਖ ਟੀਮਾਂ ਭਾਵੇਂ ਪੱਛਮੀ ਬੰਗਾਲ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਮੈਨੂੰ ਵੀ ਉੱਥੇ ਪਹੁੰਚਣ ਦਾ ਸਮਾਂ ਮਿਲਿਆ ਗਏ ਭਾਵੇਂ ਸਾਡੇ ਪਿੰਡਾਂ ਦੇ ਵਿੱਚ ਵੀ ਵੱਡੇ ਇਕੱਠ ਹੋਏ ਨੇ ਸਾਂਝਕ ਮੋਰਚੇ ਵੱਲੋਂ ਤੇ ਕਿਉਂ ਜ਼ਰੂਰੀ ਹੈ ਮੈਂ ਪਹਿਲਾਂ ਇਸ ਗੱਲ ਤੇ ਗੱਲ ਕਰੂੰਗਾ ਕਿਉਂਕਿ ਬੀਜੇਪੀ ਆ ਜਿਹੜੀ ਇੱਕ ਉਹੋ ਜੀ ਸਰਕਾਰ ਹੈ ਫਾਸੀ ਸਰਕਾਰ ਆ ਜਿਹੋ ਜੀ ਹਿਟਲਰ ਦੀ ਸੋਚ ਸੀ ਇਹਨੂੰ ਐਉਂ ਲੱਗੀ ਜਾਂਦਾ ਹੈ ਵੀ ਜੋ ਅਸੀਂ ਕਹਿੰਨੇ ਉਹ ਠੀਕ ਆ ਅ ਜਿਵੇਂ ਮੋਦੀ ਬੋਲਦਾ ਹੈ ਗੱਲ ਕਹਿੰਦਾ ਵੀ ਆ ਵੀ ਮਨ ਕੀ ਬਾਤ ਜਾਂ 56 ਇੰਚ ਦੀ ਛਾਤੀ ਵਾਲੀ ਗੱਲ ਆ ਜਿਹੜੀ ਇਹ ਇਸ ਗੱਲ ਨੂੰ ਜ਼ਾਹਰ ਕਰਦੀ ਹੈ ਵੀ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਆਵੇ ਉਹ ਕਰਨਗੇ ਚਾਹੇ ਨੋਟਬੰਦੀ ਹੋਵੇ ਚਾਹੇ 370 ਧਾਰਾ ਤੋੜਨ ਵਾਲੀ ਗੱਲ ਹੋਵੇ ਜੀਐਸਟੀ ਦਾ ਮਸਲਾ ਹੋਵੇ ਹੋਰ ਅਨੇਕਾਂ ਗੱਲਾਂ ਉਹ ਮਤਲਬ ਗਾਹ ਪਾਉਂਦਾ ਤੁਰਿਆ ਹੁੰਦਾ ਸੀ ਤਾਂ ਉਹਨਾਂ ਨੇ ਪੁੱਠਾ ਪੰਗਾ ਲੈ ਲਿਆ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਜਦੋਂ ਕਿਸਾਨਾਂ ਦੀ ਜ਼ਮੀਨ ਨੂੰ ਮਤਲਬ ਅਡਾਨੀਆਂ ਵਾਨੀਆਂ ਨੂੰ ਦੇਣ ਦੀ ਤਿਆਰੀ ਕਰ ਲਈ ਤਾਂ ਬਹਾਨਾ ਜਹ ਬਣਾ ਲਿਆ ਕਰੋਨਾ ਦਾ ਕਰੋਨਾ ਦੇ ਬਹਾਨੇ ਦੇ ਵਿੱਚ ਉਹ ਕਾਨੂੰਨ ਪਾਸ ਕਰ ਲੇ ਪਹਿਲਾਂ ਆਰਡੀਨੈਂਸ ਬਣਾਏ ਤੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਕਰਫੂ ਲਵਾਤਾ ਵੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਪਹਿਲਾਂ ਪੰਜਾਬ ਵਾਲੇ ਹੀ ਬੋਲਣਗੇ ਜੇ ਬੋਲੇ ਤਾਂ ਹੋਰ ਤਾਂ ਕੋਈ ਬੋਲਦਾ ਨਹੀਂ ਪਰ ਪੰਜਾਬ ਦੇ ਜਿਹੜਾ ਰੂ ਜਥੇਬੰਦੀਆਂ ਨੇ ਪਹਿਲਾਂ ਇਸ ਗੱਲ ਨੂੰ ਸਮਝਿਆ ਵੀ ਕਰੋਨਾ ਹੈ ਕਿ ਨਹੀਂ ਹੈ ਕਰੋਨਾ ਅਸਲ 'ਚ ਬਿਮਾਰੀ ਸੀ ਇੱਕ ਮਹਾਮਾਰੀ ਨਹੀਂ ਸੀ ਤਾਂ ਤੁਸੀਂ ਲੋਕ ਉਸ ਕਰੋਨਾ ਨੂੰ ਲਤੜ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਇਹ ਸੰਘਰਸ਼ ਦੇ ਵਿੱਚ ਕੁੱਦ ਪਏ ਤਾਂ ਉਸ ਤੋਂ ਬਾਅਦ ਅਸੀਂ ਹੋਰ ਸੂਬਿਆਂ ਦੇ ਅ ਮਤਲਬ ਕਿਸਾਨਾਂ ਨੂੰ ਹਰਿਆਣੇ ਨੂੰ ਜੁਪੀ ਨੂੰ ਜਾਂ ਰਾਜਸਥਾਨ ਨੂੰ ਨਾਲ ਲੈ ਕੇ ਅੱਜ ਵੱਡੀ ਪੱਧਰ ਤੇ ਦਿੱਲੀ ਨੂੰ ਜਿਹੜਾ ਘੇਰੀ ਬੈਠੇ ਆ ਉਹਦਾ ਕਾਰਨ ਇਹੀ ਹੈ ਕਿ ਜਿਹੜੀ ਇਹ ਹਿਟਲਰ ਦੀ ਸੋਚ ਵਾਲੀ ਅ ਸਰਕਾਰ ਹੈ ਇਹਨੂੰ ਪਾਸੇ ਕੀਤਾ ਜਾਵੇ ਜੇ ਅਸਲ 'ਚ ਮੈਂ ਤਾਂ ਇਹ ਵੀ ਸਰਕਾਰ ਕਹਿੰਨ ਨੂੰ ਵੀ ਜੀ ਨਹੀਂ ਕਰਦਾ ਜੇ ਅਸਲ ਸਰਕਾਰ ਹੁੰਦੀ ਤਾਂ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੀ ਗੱਲ ਸੁਣਦੀ ਹੁੰਦੀ ਹੈ ਅਸਲ 'ਚ ਜਿਹੜੀ ਬੀਜੇਪੀ ਦੀ ਇਹ ਹਕੂਮਤ ਹੈ ਇਹ ਲੋਕਾਂ ਦੀ ਭਾਵੇਂ ਵੋਟਾਂ ਲੱਗਦਾ ਵੀ ਪਾਈਆਂ ਹੋਈਆਂ ਪਰ ਇਹ ਜਿਹੜੀ ਫਾਂਸੀ ਹਕੂਮਤ ਹੁੰਦੀ ਹੈ ਇਹ ਲੋਕਾਂ ਦੀ ਗੱਲ ਨਹੀਂ ਸੁਣਦੀ ਹੁੰਦੀ ਮਨ ਦੀ ਗੱਲ ਕਰਦੀ ਹੁੰਦੀ ਹੈ ਤੇ ਅਡਾਨੀਆਂ-ਆਵਾਨੀਆਂ ਦੇ ਹੱਕ ਦੇ ਵਿੱਚ ਜਿਵੇਂ ਡਬਲਯੂਟੀਓ ਸਮਝੌਤਾ ਕੀਤਾ ਹੋਇਆ ਪਿੱਛੇ ਤੇ ਮਤਲਬ ਕੰਪਨੀਆਂ ਨੇ ਇਹਨੂੰ ਮੂਰੇ ਲਿਆਂਦਾ ਸੀ ਤਾਂ ਉਸੇ ਹਿਸਾਬ ਨਾਲ ਨੇ ਚਾਲੂ ਕਰਤਾ ਜਦੋਂ ਜ਼ਮੀਨਾ ਸਾਤੋਂ ਖੋਣ ਵਾਲਾ ਕਾਨੂੰਨ ਜ਼ਮੀਨਾ ਖੋ ਕੇ ਕਿਉਂਕਿ ਅੱਜ ਇੱਕ ਗੱਲ ਸਮਝਣ ਵਾਲੀ ਹੈ ਗੱਲ ਵੀ ਜਦੋਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੇ ਪ੍ਰਾਈਵੇਟ ਹੋ ਗਈਆਂ ਜੇ ਅਨਾਜ ਹੈ ਜੇ ਅਨਾਜ ਨੂੰ ਇਹ ਕੰਪਨੀਆਂ ਆਪਦੀ ਮੁਠੀ ਵਿੱਚ ਕਰ ਲੈਣ ਤਾਂ ਦੁਨੀਆ ਪੱਧਰ ਦਾ ਵਪਾਰ ਇਹਨਾਂ ਦੇ ਹੱਥਰੇ ਵਿੱਚ ਹੋਊਗਾ ਕਿਉਂਕਿ ਕਪੜੇ ਭਾਵੇਂ ਕਿਸੇ ਦੇ ਕੋਲ ਪੁਰਾਣੇ ਹੋਣ ਮੈਲੇ ਹੋਣ ਮਾੜੇ ਹੋਣ ਕੱਪੜਿਆਂ ਤੋਂ ਬਿਨਾਂ ਸਰ ਸਕਦਾ ਗੱਡੀ ਮਾੜੀ ਹੋਵੇ ਸਰ ਸਕਦਾ ਪਰ ਜੇ ਰੋਟੀ ਵਾਲੀ ਨੂੰ ਢੱਡ ਭੁੱਖਾ ਹੋਵੇ ਉਹ ਕਿਸੇ ਦਾ ਵੀ ਸਰ ਨਹੀਂ ਇਸ ਕਰਕੇ ਜਿਹੜਾ ਘੋਲ ਹੈ ਕਿਸਾਨਾਂ ਦਾ ਘੋਲ ਨਹੀਂ ਹੈਗਾ ਇਹ ਰੋਟੀ ਖਾਣ ਜਿਹਨੂੰ ਰੋਟੀ ਦੀ ਲੋੜ ਹੈ ਉਹਨਾਂ ਦਾ ਘੋਲ ਬਣ ਚੁੱਕਿਆ ਸੋ ਅਸੀਂ ਬੰਗਾਲ ਦੀ ਧਰਤੀ ਤੇ ਦੱਸ ਕੇ ਆਏ ਆ ਬਈ ਕਿਵੇਂ ਇਹ ਜਿਹੜੇ ਮਤਲਬ ਰੋਟੀ ਦਾ ਮਸਲਾ ਸਾਰਿਆਂ ਲਈ ਜ਼ਰੂਰੀਅਤਾਂ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਮੈਂ ਤਾਂ ਇੱਥੋਂ ਤੱਕ ਵੀ ਜਾ ਕੇ ਆਏ ਆ ਜਿਹੜੇ ਬੁੱਧੀਜੀਵੀ ਐ ਇੱਕ ਤਾਂ ਸਾਡੇ ਪਿੰਡਾਂ ਦੇ ਵਿੱਚ ਗਏ ਨੇ ਕਿਸਾਨ ਸਾਡੇ ਆਗੂ ਬੁੱਧੀਜੀਵੀ ਵਰਗ ਨਾਲ ਗੱਲ ਕੀਤੀ ਐ ਬੁੱਧੀਜੀਵੀ ਵਰਗਾ ਜਿਹੜਾ ਉਹਦਾ ਬਹੁਤ ਵੱਡਾ ਸਾਨੂੰ ਮਤਲਬ ਆਸਰਾ ਹੁੰਦਾ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਰਦੇ ਆ ਉਹਨਾਂ ਨਾਲ ਗੱਲ ਕੀਤੀ ਐ ਵੱਖ-ਵੱਖ ਸੰਗਠਨ ਜਿਹੜੇ ਮਤਲਬ ਚਾਹੇ ਉਹ ਫੈਕਟਰੀ ਮਜ਼ਦੂਰਾਂ ਦੇ ਹੋਣ ਚਾਹੇ ਉਹ ਮਤਲਬ ਵਿਦਿਆਰਥੀ ਹੋਣ ਸਾਨੂੰ ਮਿਲੇ ਨੇ ਬਹੁਤ ਥਾਮਾਂ ਤੇ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਪਿੰਡਾਂ ਦੇ ਵਿੱਚ ਜਿਹੜੀ ਅਸੀਂ ਸੰਯੁਕਤ ਮੋਰਚੇ ਵੱਲੋਂ ਚਿੱਠੀ ਛਾਪ ਕੇ ਭੇਜੀ ਹੈ ਉਹ ਘਰ-ਘਰ ਵੰਡ ਰਹੇ ਆ ਲੋਕਾਂ ਨੂੰ ਵੀ ਭਾਜਪਾ ਨੂੰ ਵੋਟ ਨਾ ਪਾਓ ਤੇ ਨਾਲ ਅਸੀਂ ਇਹ ਵੀ ਸੱਦਾ ਦਿੱਤਾ ਹੈ ਵੀ ਕੱਲੀ ਭਾਜਪਾ ਨੂੰ ਵੋਟ ਨਾ ਪਾਉਣ ਨਾਲ ਵੀ ਜਿੱਤ ਨਹੀਂ ਜਾਣੀ ਜਾਂ ਮਤਲਬ ਭਾਜਪਾ ਹਾਰ ਨਹੀਂ ਜਾਣੀ ਉਹੋ ਜੇ ਕੈਂਡੀਡੇਟ ਨੂੰ ਵੋਟ ਪਾਈ ਜਾਵੇ ਜਿਹੜਾ ਭਾਜਪਾ ਦੇ ਕੈਂਡੀਡੇਟ ਨੂੰ ਹਰਾਉਂਦਾ ਹੋਵੇ ਫੇਰ ਹੀ ਭਾਜਪਾ ਹਾਰੀ ਜਾ ਸਕਦੀ ਹੈ ਨਹੀਂ ਤਾਂ ਫਿਰ ਸਾਡੀ ਵੋਟ ਵੀ ਜੇ ਵੰਡੀ ਗਈ ਉਹ ਭਾਜਪਾ ਦੇ ਹੱਕ ਤੇ ਜਾਊਗੀ ਗੱਲ ਤੇ ਦੂਜੀ ਗੱਲ ਮੈਂ ਤਾਂ ਇਹ ਕਹੂੰਗਾ ਘੋਲ ਜਿੱਥੇ ਖੜਾ ਹੈ ਅ ਬੜਾ ਡਟੇ ਹੋਏ ਨੇ ਲੋਕ ਸਾਡੇ ਨਾਲ ਜੱਤਵਾਲ ਨੂੰ ਬਾਦਰਿਆ ਘੋਲ ਲੋਕਾਂ ਨੂੰ ਅਪੀਲ ਕਰਾਂਗੇ ਵੀ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਸੁਨੇਹਾ ਸੁਣੋਗੇ ਵੀ ਤਿੰਨੇ ਕਾਲੇ ਕਾਨੂੰਨ ਵਾਪਸ ਤੇ ਜਿਹੜੀ ਐਮਐਸਪੀ ਦਾ ਮੁੱਦਾ ਜਾਂ ਜਿਹੜਾ ਬਿਜਲੀ ਐਕਟ 220 ਹੈ ਉਹਨਾਂ ਨੂੰ ਆਪਾਂ ਖਾਰਜ ਕਰਾਂਗੇ ਇਹ ਗੱਲ ਤੋਂ ਘਬਰਾਉਣਾ ਨਹੀਂ ਤੁਸੀਂ ਵੀ ਹਾੜੀ ਆ ਗਈ ਹਾੜੀਆਂ ਸੌਣੀਆਂ ਆਉਂਦੀਆਂ ਨਹੀਂ ਮੈਨੂੰ ਯਾਦ ਹੈ ਮੈਂ ਜਦੋਂ ਖੁਦ ਬਰਨਾਲਾ ਜੇਲ੍ਹ ਦੇ ਵਿੱਚ ਸੀ ਤਾਂ ਉਦੋਂ ਝੋਨਾ ਪੱਕਿਆ ਹੋਇਆ ਸੀ ਝੋਨੇ ਦੀ ਫਸਲ ਵੱਢਣੀ ਸੀ ਤਾਂ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਜੇਲ੍ਹ ਮੂਰੇ ਮੋਰਚਾ ਲਾ ਲਿਆ ਸੀ ਮੈਨੂੰ ਲੋਕਾਂ ਤੇ ਵਿਸ਼ਵਾਸ ਇਸ ਗੱਲ ਕੇ ਪੱਕਾ ਹੋ ਗਿਆ ਆ ਝੋਨਾ ਵੀ ਲੋਕਾਂ ਨੇ ਮੋਰਚੇ ਦੇ ਵਿੱਚ ਹੀ ਵੱਢਿਆ ਤੇ 13 ਦਾ ਮਹੀਨਾ ਸੀ ਜਿਹੜਾ ਕੱत्ता ਵੀ ਬੀਜਿਆ ਕਣਕ ਵੀ ਬੀਜੀ ਤੇ ਮੈਨੂੰ ਵੀ ਜੇਲ੍ਹ ਦੇ ਵਿੱਚੋਂ ਰਿਹਾ ਕਰਾਇਆ ਸੀ ਅੱਜ ਵੀ ਸਾਨੂੰ ਪਤਾ ਹੈ ਸਾਡੇ ਕਿਸਾਨ ਬੜੇ ਹੀ ਅ ਦ੍ਰਿੜਤਾ ਨਾਲ ਆ ਜਾ ਰਹੇ ਨੇ ਬਲ ਪਿੰਡਾਂ ਦੇ ਵਿੱਚ ਜਿਹੜੀਆਂ ਟੀਮਾਂ ਬਣ ਚੁੱਕੀਆਂ ਐ 10 ਜਾਣੇ ਆਉਂਦੇ ਆ 10 ਜਾਣੇ ਚਲੇ ਜਾਂਦੇ ਨੇ ਤੇ ਹਾੜੀ ਦੀਆਂ ਬਿਅੰਤਵੰਦੀਆਂ ਵੀ ਇਸੇ ਤਰ੍ਹਾਂ ਹੀ ਤੁਸੀਂ ਬਣਾ ਲੈਣੀਆਂ ਜੇ ਕੋਈ ਪਰਿਵਾਰ ਨਰਮ ਹੈ ਉਹਦੀ ਹਾੜੀ ਵੀ ਵੱਢ ਕੇ ਦੇਣੀ ਆ ਤੂੜੀ ਵੀ ਬਣਾ ਕੇ ਦੇਣੀ ਆ ਪਰ ਮੋਰਚੇ ਦੇ ਵਿੱਚ ਲਾਂਬੰਦੀ ਦਾ ਫਰਕ ਨਹੀਂ ਪੈਣ ਦੇਣਾ ਤੇ ਅਸੀਂ ਅਪੀਲ ਕਰਾਂਗੇ ਜਿੱਥੇ ਤੱਕ ਵੀ ਸਾਡੀ ਇਹ ਆਵਾਜ਼ ਜਾਂਦੀ ਹੈ ਇਹ ਹੱਕ ਸੱਚ ਇਨਸਾਫ ਦੀ ਆਵਾਜ਼ ਆ ਮਿੱਤਰੋ ਜੇ ਅੱਜ ਦਾ ਵੇਲਾ ਸੰਭਿਆ ਗਿਆ ਹੈ ਤਾਂ ਆਉਣ ਵਾਲੇ ਵੇਲੇ ਜਿਹੜੇ ਆ ਸਾਡੇ ਨੌਜਵਾਨ ਪੀੜੀ ਨੂੰ ਬੜੀ ਖਤਰਨਾਕ ਸੱਟ ਵੱਜਣੀ ਹੈ ਕਿਉਂਕਿ ਅਸੀਂ ਜੋ ਅੱਜ ਜਿਹੜੀ ਇਹ ਬੁੱਢੀ ਲੀਡਰਸ਼ਿਪ ਜੀ ਨੂੰ ਕਿਹਾ ਜਾਂਦਾ ਇਹ ਕਿਉਂ ਕਰ ਰਹੀ ਆ ਕਿਉਂਕਿ ਅਸੀਂ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਵਾਸਤੇ ਸਵਰਗ ਬਣਾਉਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਸਾਡੇ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਇਹ ਸਵਰਗ ਦੇ ਵਿੱਚ ਬਸੇ ਸਵਰਗ ਤਾਂ ਹੀ ਰਹਿ ਸਕਦਾ ਜੇ ਅਸੀਂ ਆਪਣੀ ਧਰਤੀ ਨੂੰ ਬਚਾ ਕੇ ਰੱਖ ਸਕਦੇ ਆ ਇੱਕ ਸਾਡੀ ਮਾਂ ਹੁੰਦੀ ਆ ਜਿਹਨੇ ਸਾਨੂੰ ਜਨਮ ਦਿੱਤਾ ਦੁੱਧ ਪਿਆਇਆ ਪਾਲਿਆ ਰੋੜਨ ਲਾਇਆ ਸਾਨੂੰ ਬਹੁਤ ਕੁਝ ਸਿਖਾਇਆ ਤੇ ਇੱਕ ਸਾਡੀ ਮਾਂ ਹੈਗੀ ਭਾਰਤ ਮਾਂ ਜੀ ਨੂੰ ਕਹਿੰਦੇ ਆ ਉਹ ਮੈਨੂੰ ਲੱਗਦਾ ਜਿਹੜੀ ਭਾਰਤ ਮਾਂ ਉਹਨਤੇ ਬੀਜੇਪੀ ਜਾਰੇ ਕਬਜ਼ਾ ਕਰ ਗਈ ਤੇ ਭਾਰਤ ਮਾਂ ਨੂੰ ਵੇਚਣ ਦਾ ਉਹਨਾਂ ਨੇ ਤਿਆਰ ਕਰ ਲਿਆ ਚਾਹੇ 에ਰਪੋਰਟ ਹੋਣ ਚਾਹੇ ਸਕੂਲ ਹੋਣ ਚਾਹੇ ਸੜਕਾਂ ਹੋਣ ਰੇਲਾਂ ਹੋਣ ਭਾਰਤ ਮਾਂ ਨੂੰ ਵੇਚਣ ਦਾ ਸੌਦਾ ਉਹ ਕਰੀ ਬੈਠੇ ਨੇ ਪਰ ਨਾਲ ਉਹਨਾਂ ਨੇ ਸੌਦਾ ਇਹ ਵੀ ਕਰ ਲਿਆ ਵੀ ਜਿਹੜੀ ਸਾਡੀ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਜਾਂ ਜਿਹੜੇ ਕਮਾਊ ਲੋਕ ਐ ਜਿਹੜੀ ਧਰਤੀ ਮਾਂ ਐ ਧਰਤੀ ਮਾਂ ਸਾਨੂੰ ਮਤਲਬ ਰੋਟੀ ਦਿੰਦੀ ਐ ਰੋਟੀ ਦੇਣ ਵਾਲੀ ਮਾਂ ਨੂੰ ਅਸੀਂ ਕਿਵੇਂ ਵੇਚ ਸਕਦੇ ਆ ਇਹ ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਸੋ ਚਾਹੇ ਕਿਸੇ ਕੋਲੇ ਪੈਲੀ ਹੈ ਚਾਹੇ ਕਿਸੇ ਕੋਲੇ ਨਹੀਂ ਹੈ ਰੋਟੀ ਦਾ ਮਸਲਾ ਹਰ ਵਕਤ ਜ਼ਰੂਰੀ ਆ ਜੇ ਇਹ ਰੋਟੀ ਕੰਪਨੀਆਂ ਕੋਲੇ ਚਲੀ ਗਈ ਤਾਂ ਮੈਂ ਤੁਹਾਨੂੰ ਮੋਟਾ ਜਿਹਾ ਹਿਸਾਬ ਲਾ ਕੇ ਦੱਸ ਦਿਆਂ ਭਰਾਵੋ ਜੇ ਜਦੋਂ 1955 ਵਾਲਾ ਕਾਨੂੰਨ ਲਾਗੂ ਸੀ ਪਿਛਲੇ ਤੋਂ ਪਿਛਲੇ ਸਾਲ ਤਾਂ ਜਿਹੜੇ ਪਿਆਜ਼ ਦੀ ਕੀਮਤ 2 ਰੁਪਏ ਮੰਡੀ ਚੋਂ ਲਿਆ ਸੀ ਇਹਨਾਂ ਨੇ ਤੋਂ ਨੂੰ ਜਿਹੜਾ ਨੇ ਖਰੀਦਿਆ ਤੁਸੀਂ 80 ਰੁਪਏ ਖਰੀਦਿਆ ਉਦੋਂ 1955 ਵਾਲਾ ਐਕਟ ਜਿਹੜਾ ਜ਼ਰੂਰੀ ਵਸਤਾਂ ਤੇ ਭੰਡਾਰ ਕਰਨ ਤੇ ਲਾਗੂ ਸੀ ਉਦੋਂ ਇਹ ਹਾਲ ਹੋਇਆ ਅੱਜ ਜਦੋਂ ਇਹਨਾਂ ਕੰਪਨੀਆਂ ਨੂੰ ਅੰਨੇ ਮੁਨਾਫੇ ਦੀ ਹੋੜ 'ਚ ਸਰਕਾਰ ਨੇ ਸ਼ਰਤ ਚੱਕ ਦੀ ਜਿੰਨਾ ਮਰਜੀ ਅਨਾਜ ਇਕੱਠਾ ਕਰ ਲੈਣ ਭੰਡਾਰ ਕਰ ਲੈਣ ਤੇ ਜਿੱਥੇ ਮਰਜੀ ਵੇਚ ਲੈਣ ਫਿਰ ਮਾੜਾ ਜਿਹਾ ਹਿਸਾਬ ਲਾ ਕੇ ਦੱਸੋ ਮੈਂ ਤਾਂ ਦੇਸੀ ਜਿਹਾ ਲਾਉਣਾ ਵੀ ਜੇ ਇੱਕ ਗੰਡੇ ਦੀ ਚਰਣੀ ਇਹਨਾਂ ਤੋਂ ਲੈਣੀ ਹੋਈ ਤਾ ਪੈਕਟਾ ਚ ਪੈ ਕੇ ਮੇਤਰੋ 100 ਰੁਪਏ ਦਾ ਇੱਕ ਕੰਡਾ ਮਿਲਿਆ ਕਰੂ ਇਸ ਕਰਕੇ ਜ਼ਰੂਰੀ ਆ ਸਾਡੇ ਵਾਸਤੇ ਬੀਜੇਪੀ ਦੀ ਜਿਹੜੀ ਫੰਸ਼ੀ ਹਕੂਮਤ ਆ ਇਹਨੂੰ ਦਰਕਾਰਿਆ ਜਾਵੇ ਤੇ ਇਸ ਘੋਲ ਨੂੰ ਜਿੱਤਿਆ ਜਾਵੇ ਜਿਹੜਾ ਇਸ ਕਿਸਾਨ ਮੋਰਚੇ ਦੇ ਮਤਲਬ ਜਿਨ੍ਹਾਂ ਦੇ ਦਰਦ ਹੁੰਦਾ ਹੈ ਕਿਸਾਨ ਮੋਰਚਾ ਵੀ ਜਿੱਤਿਆ ਜਾਂਦਾ ਟੇਡੇ ਢੰਗ ਨਾਲ ਦਰਦ ਹੁੰਦਾ ਕਈਆਂ ਦੇ ਕਿਉਂਕਿ ਜੇ ਇਹ ਕਿਸਾਨ ਜਥੇਬੰਦੀਆਂ ਮੋਰਚਾ ਜਿੱਤਣੀਆਂ ਤਾਂ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਮਤਲਬ ਤਾਕਤਾਂ ਨੇ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੋਊਗੀ ਉਹਨਾਂ ਦਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਵੀ ਵਿੰਗੇ ਟੇਡੇ ਢੰਗ ਨਾਲ ਇਸ ਕਿਸਾਨ ਮੋਰਚੇ ਦੇ ਖਿਲਾਫ ਪ੍ਰਚਾਰ ਕੀਤਾ ਜਾਵੇ ਇਸ ਲੀਡਰਸ਼ਿਪ ਦੇ ਖਿਲਾਫ ਪ੍ਰਚਾਰ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਨਾ ਵੱਜੇ ਤੇ ਮੋਰਚੇ ਨੂੰ ਤਾਰ ਪਿੰਡੋ ਕਰਕੇ ਉਹ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਸਕਣ ਤਾਂ ਹੀ ਉਹਨਾਂ ਦਾ ਲੋਕਾਂ ਦੇ ਵਿੱਚ ਰਹਿਣ ਪਸੇਰਾ ਬਣੂਗਾ ਜੇ ਲੋਕ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਘੋਲ ਜਿੱਤਦੇ ਆ ਫਿਰ ਜਿਹੜੇ ਸਿਆਸੀ ਲੀਡਰ ਆ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਰਹਿਣੀ ਚਾਹੇ ਉਹ ਨਵੇਂ ਬਣਨ ਵਾਲੇ ਹੋਣ ਚਾਹੇ ਉਹ ਪੁਰਾਣੇ ਹੋਣ ਉਹਨਾਂ ਤੋਂ ਲੋਕਾਂ ਨੂੰ ਭਲੇ ਦੀ ਝਾਕ ਜਿਹੜੀ ਚੱਕੀ ਜਾਣੀ ਉਹ ਵੀ ਚੰਗੀ ਤਰ੍ਹਾਂ ਜਾਣਦੇ ਆ ਇਸੇ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਤੇ ਤਰ੍ਹਾਂ ਤਰ੍ਹਾਂ ਦੀ ਦੂਸ਼ਣਬਾਜ਼ੀ ਲਾਈ ਜਾ ਰਹੀ ਆ ਤੁਸੀਂ ਸੱਚ ਦੀ ਪਛਾਣ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ